ਮੋਬਾਈਲ ਸ਼ੋਰੂਮ ਦੇ ਬਾਹਰ ਤਾੜ ਤਾੜ ਗੋਲੀਆਂ ਚੱਲੀਆਂ ਨੇ ਤਾਂ ਹੁਣ ਇੱਕ ਤੋਂ ਬਾਅਦ ਇੱਕ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਹਮਲਾਵਰ ਨਜ਼ਰ ਆਏ ਨੇ ਗੋਲੀਆਂ ਚਲਾਉਂਦੇ ਹੋਏ ਦੂਰ ਦੂਰ ਤੱਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਤੇ ਪੂਰੀ ਮਾਰਕੀਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਕਪੂਰਥਲਾ ਦੇ ਵਿੱਚ ਇੱਕ ਮੋਬਾਈਲ ਸ਼ੋਰੂਮ ਦੇ ਬਾਹਰ ਗੋਲੀਆਂ ਚੱਲੀਆਂ ਨੇ, ਦੋ ਅਣਪਛਾਤਿਆਂ ਦੇ ਵੱਲੋਂ ਇੱਥੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤਾਂ ਹੁਣ ਇਸ ਹਮਲੇ ਦੇ ਨਾਲ ਜੁੜੀਆਂ ਸੀਸੀਟੀਵੀ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹਮਲਾਵਰ ਸਾਫ ਸਾਫ ਨਜ਼ਰ ਆਏ ਨੇ, ਜਿੱਥੇ ਇੱਕ ਵੀਡੀਓ ਦੇ ਵਿੱਚ ਤਾਂ ਇਹ ਦੋਵੇਂ ਹਮਲਾਵਰ ਸ਼ੋਰੂਮ ਦੇ ਬਾਹਰ ਖੜ੍ਹੇ ਨਜ਼ਰ ਆਏ ਨੇ ਜਿਨ੍ਹਾਂ ਦੇ ਵਿੱਚ ਦੋਵਾਂ ਨੇ ਹੀ ਮੂੰਹ ਬੰਨੇ ਹੋਏ ਨੇ ਤੇ ਇੱਥੇ ਸ਼ੋਰੂਮ ਦੇ ਬਾਹਰ ਕਾਫੀ ਦੇਰ ਖੜ੍ਹੇ ਰਹੇ ਨੇ, ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ, ਆਪਸ 'ਚ ਗੱਲਾਂ ਬਾਤਾਂ ਕਰਦੇ ਨੇ ਤੇ ਫਿਰ ਕੁਝ ਦੇਰ ਬਾਅਦ ਹੀ ਇੱਕ ਹਮਲਾਵਰ ਇਸ ਸ਼ੋਰੂਮ ਦੇ ਵੱਲ ਵੱਧਦਾ ਹੈ ਤੇ ਜਿਵੇਂ ਹੀ ਬਾਹਰ ਨਿਕਲਦਾ ਹੈ ਤਾਂ ਦੋਵੇਂ ਹੱਥਾਂ ਦੇ ਵਿੱਚ ਪਿਸਤੌਲ ਫੜ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਗੋਲੀਆਂ ਚਲਾਉਂਦੇ ਸੜਕ ਵੱਲ ਭੱਜਦੇ ਨੇ। ਵੀਡੀਓ ਦੇ ਵਿੱਚ ਵੀ ਇਹ ਨਜ਼ਰ ਆਇਆ ਹੈ ਕਿ ਗੋਲੀਆਂ ਜਿਹੜੀਆਂ ਲਗਾਤਾਰ ਚਲਾਈਆਂ ਗਈਆਂ ਨੇ, 15 ਤੋਂ 16 ਰਾਊਂਡ ਫਾਇਰ ਕੀਤੇ ਗਏ ਤੇ ਫਾਇਰਿੰਗ ਕਰਦੇ ਹੋਏ ਇਹ ਹਮਲਾਵਰ ਸੜਕ ਵੱਲ ਭੱਜਦੇ ਰਹੇ ਨੇ। ਪਿੱਛੋਂ ਬੱਸਾਂ ਗੱਡੀਆਂ ਲੰਘ ਰਹੀਆਂ ਨੇ ਪਰ ਇਹ ਹਮਲਾਵਰ ਗੋਲੀਆਂ ਚਲਾਉਂਦੇ ਰਹੇ ਨੇ। ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤੇ ਉਹਦੇ ਵਿੱਚ ਵੀ ਹਮਲਾਵਰ ਜਿਹੜੇ ਨੇ ਗੋਲੀਆਂ ਚਲਾਉਂਦੇ ਦਿਖੇ ਨੇ ਤੇ ਇਹਦੇ ਵਿੱਚ ਗੋਲੀਆਂ ਚਲਾਉਣ ਦੀ ਆਵਾਜ਼ ਤੱਕ ਸੁਣਾਈ ਦਿੱਤੀ ਹੈ ਕਿ ਕਿੰਨੇ ਰਾਊਂਡ ਫਾਇਰ ਕੀਤੇ ਗਏ ਨੇ। ਗੋਲੀਆਂ ਦੀ ਆਵਾਜ਼ ਸੁਣ ਕੇ ਇੱਥੇ ਪੂਰੀ ਮਾਰਕੀਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗੱਲ ਇਹ ਦਿਨ ਦਿਹਾੜੇ ਇੱਥੇ ਹਮਲਾਵਰ ਆਉਂਦੇ ਨੇ, ਅਣਪਛਾਤੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਹੱਥਾਂ ਦੇ ਵਿੱਚ ਪਿਸਤੌਲਾਂ ਫੜੀਆਂ ਹੋਈਆਂ ਨੇ ਤੇ ਲਗਾਤਾਰ ਫਾਇਰਿੰਗ ਕਰਦੇ ਹੋਏ ਸੜਕ ਵੱਲ ਭੱਜਦੇ ਇਹ ਨਜ਼ਰ ਆਏ ਨੇ। ਇੱਥੇ ਵੀ ਸਾਹਮਣੇ ਆ ਰਿਹਾ ਕਿ ਇਸ ਸ਼ੋਰੂਮ ਦੇ ਅੰਦਰ ਇੱਕ ਪਰਚੀ ਸੁੱਟੀ ਗਈ ਸੀ ਜਿਹਦੇ ਵਿੱਚ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਤੇ ਇਸ ਦੇ ਚੱਲਦਿਆਂ ਇਹ ਹਮਲਾਵਰ ਉੱਥੋਂ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹਨਾਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਇਹਨਾਂ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ। ਮੋਬਾਈਲ ਸ਼ੋਰੂਮ ਦੇ ਬਾਹਰ ਤਾੜ ਤਾੜ ਗੋਲੀਆਂ ਚੱਲੀਆਂ ਨੇ ਤਾਂ ਹੁਣ ਇੱਕ ਤੋਂ ਬਾਅਦ ਇੱਕ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਹਮਲਾਵਰ ਨਜ਼ਰ ਆਏ ਨੇ ਗੋਲੀਆਂ ਚਲਾਉਂਦੇ ਹੋਏ ਦੂਰ ਦੂਰ ਤੱਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਤੇ ਪੂਰੀ ਮਾਰਕੀਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਕਪੂਰਥਲਾ ਦੇ ਵਿੱਚ ਇੱਕ ਮੋਬਾਈਲ ਸ਼ੋਰੂਮ ਦੇ ਬਾਹਰ ਗੋਲੀਆਂ ਚੱਲੀਆਂ ਨੇ, ਦੋ ਅਣਪਛਾਤਿਆਂ ਦੇ ਵੱਲੋਂ ਇੱਥੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤਾਂ ਹੁਣ ਇਸ ਹਮਲੇ ਦੇ ਨਾਲ ਜੁੜੀਆਂ ਸੀਸੀਟੀਵੀ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹਮਲਾਵਰ ਸਾਫ ਸਾਫ ਨਜ਼ਰ ਆਏ ਨੇ, ਜਿੱਥੇ ਇੱਕ ਵੀਡੀਓ ਦੇ ਵਿੱਚ ਤਾਂ ਇਹ ਦੋਵੇਂ ਹਮਲਾਵਰ ਸ਼ੋਰੂਮ ਦੇ ਬਾਹਰ ਖੜ੍ਹੇ ਨਜ਼ਰ ਆਏ ਨੇ ਜਿਨ੍ਹਾਂ ਦੇ ਵਿੱਚ ਦੋਵਾਂ ਨੇ ਹੀ ਮੂੰਹ ਬੰਨੇ ਹੋਏ ਨੇ ਤੇ ਇੱਥੇ ਸ਼ੋਰੂਮ ਦੇ ਬਾਹਰ ਕਾਫੀ ਦੇਰ ਖੜ੍ਹੇ ਰਹੇ ਨੇ, ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ, ਆਪਸ 'ਚ ਗੱਲਾਂ ਬਾਤਾਂ ਕਰਦੇ ਨੇ ਤੇ ਫਿਰ ਕੁਝ ਦੇਰ ਬਾਅਦ ਹੀ ਇੱਕ ਹਮਲਾਵਰ ਇਸ ਸ਼ੋਰੂਮ ਦੇ ਵੱਲ ਵੱਧਦਾ ਹੈ ਤੇ ਜਿਵੇਂ ਹੀ ਬਾਹਰ ਨਿਕਲਦਾ ਹੈ ਤਾਂ ਦੋਵੇਂ ਹੱਥਾਂ ਦੇ ਵਿੱਚ ਪਿਸਤੌਲ ਫੜ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਗੋਲੀਆਂ ਚਲਾਉਂਦੇ ਸੜਕ ਵੱਲ ਭੱਜਦੇ ਨੇ। ਵੀਡੀਓ ਦੇ ਵਿੱਚ ਵੀ ਇਹ ਨਜ਼ਰ ਆਇਆ ਹੈ ਕਿ ਗੋਲੀਆਂ ਜਿਹੜੀਆਂ ਲਗਾਤਾਰ ਚਲਾਈਆਂ ਗਈਆਂ ਨੇ, 15 ਤੋਂ 16 ਰਾਊਂਡ ਫਾਇਰ ਕੀਤੇ ਗਏ ਤੇ ਫਾਇਰਿੰਗ ਕਰਦੇ ਹੋਏ ਇਹ ਹਮਲਾਵਰ ਸੜਕ ਵੱਲ ਭੱਜਦੇ ਰਹੇ ਨੇ। ਪਿੱਛੋਂ ਬੱਸਾਂ ਗੱਡੀਆਂ ਲੰਘ ਰਹੀਆਂ ਨੇ ਪਰ ਇਹ ਹਮਲਾਵਰ ਗੋਲੀਆਂ ਚਲਾਉਂਦੇ ਰਹੇ ਨੇ। ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤੇ ਉਹਦੇ ਵਿੱਚ ਵੀ ਹਮਲਾਵਰ ਜਿਹੜੇ ਨੇ ਗੋਲੀਆਂ ਚਲਾਉਂਦੇ ਦਿਖੇ ਨੇ ਤੇ ਇਹਦੇ ਵਿੱਚ ਗੋਲੀਆਂ ਚਲਾਉਣ ਦੀ ਆਵਾਜ਼ ਤੱਕ ਸੁਣਾਈ ਦਿੱਤੀ ਹੈ ਕਿ ਕਿੰਨੇ ਰਾਊਂਡ ਫਾਇਰ ਕੀਤੇ ਗਏ ਨੇ। ਗੋਲੀਆਂ ਦੀ ਆਵਾਜ਼ ਸੁਣ ਕੇ ਇੱਥੇ ਪੂਰੀ ਮਾਰਕੀਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗੱਲ ਇਹ ਦਿਨ ਦਿਹਾੜੇ ਇੱਥੇ ਹਮਲਾਵਰ ਆਉਂਦੇ ਨੇ, ਅਣਪਛਾਤੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ,
ਹੱਥਾਂ ਦੇ ਵਿੱਚ ਪਿਸਤੌਲਾਂ ਫੜੀਆਂ ਹੋਈਆਂ ਨੇ ਤੇ ਲਗਾਤਾਰ ਫਾਇਰਿੰਗ ਕਰਦੇ ਹੋਏ ਸੜਕ ਵੱਲ ਭੱਜਦੇ ਇਹ ਨਜ਼ਰ ਆਏ ਨੇ। ਇੱਥੇ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਸ਼ੋਰੂਮ ਦੇ ਅੰਦਰ ਇੱਕ ਪਰਚੀ ਸੁੱਟੀ ਗਈ ਸੀ ਜਿਹਦੇ ਵਿੱਚ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਤੇ ਇਸ ਦੇ ਚੱਲਦਿਆਂ ਇਹ ਹਮਲਾਵਰ ਉੱਥੋਂ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹਨਾਂ CCTV ਫੁਟੇਜ ਦੇ ਆਧਾਰ ਤੇ ਹੀ ਪੁਲਿਸ ਇਹਨਾਂ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ।